मेरी काली एक्टिवा दा एक दिन खड़ गया हैंडल फड़ के, पानी पानी होगी मैं पटुहा करवांद है अड़के, किंदा कुड़ती तेरी दे मैंने जनाब रुपिंदर हांडा साहब काली एक्टिवा वाले दूजा लट दा कोबरा तुसी अपनी सीप लाउण नूं फिरदे आ गेड़े हर गल थोड़ी भी नहीं मन्नी जांदी तो फिरदा नहीं तुसी गल कर पिट्ठा सेकण ते आ गए हैं पता नहीं रब ने शक्ल ही ऐसी दिती है भी अगला बंदा डरदा पहले ही ਜਦੋਂ ਤੁਸੀਂ ਸਾਰੇ ਜਣੇ ਕਿਤੇ ਇਕੱਠੇ ਹੁੰਨੇ ਆ ਚਾਚੇ ਤਾਏ ਦੇ ਧੀਆਂ ਪੁੱਤ ਸਾਰੇ ਫਿਰ ਤੁਹਾਡਾ ਮੁਕਾਬਲਾ ਤਾਂ ਹੁੰਦਾ ਹੁਣ ਮੈਂ ਜਦੋਂ ਆ ਲਾਈ ਨਾ ਮੁਰਕੀ ਉੱਥੇ ਕਿਹੜਾ ਹੋਇਆ ਹੋਊਗਾ ਹੋਰਾਂ ਦੇ ਨਾਲ ਮੈਨੂੰ ਨਹੀਂ ਪਤਾ ਨੀ ਤੂੰ ਮਿੱਤਰਾ ਵਿਆਹ ਹੋਇਆ ਮੈਨੂੰ ਕੋਈ ਬੰਦਾ ਕਹਿੰਦਾ ਕੁੜੀਏ ਹੁਣ ਤੂੰ ਘੱਟ ਹੱਸਿਆ ਕਰਦੇ ਆ ਵਿਆਹ ਹੋਗਾ ਮੈਂ ਕਿਹਾ ਮੈਨੂੰ ਜੇਲ੍ਹ ਥੋੜੀ ਹੋਈ ਵਿਆਹ ਹੀ ਹੋਇਆ ਗੱਲ ਨਿੱਕੀ ਨਹੀਂ ਲੱਗੀ ਸਾ ਲੱਗਦਾ ਤੇ ਗੱਲਾਂ ਹੋ ਗਈਆਂ ਨੇ ਨਾ ਸਾਹਮਣੇ ਕੋਲੇ ਗਾਣੇ ਗਵਾ ਦੇ ਅਸਾਂ ਭੇਜਦਾ जीवन उसका पानी है बाहर निकालो मर जाएगी पर दबदा। ਜੱਜ ਦਾ ਵਿਚਾਰ ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਚੱਜ ਦਾ ਵਿਚਾਰ ਵੇਖ ਰਹੇ ਹੋ ਤੁਸੀਂ ਮੈਂ ਹਰਮਨ ਥਿੰਦ ਮੇਰੇ ਨਾਲ ਨੇ ਸਵਰਨ ਸਿੰਘ ਟੈਣਾ ਤੇ ਅੱਜ ਨਵੇਂ ਵਰੇ ਦੇ ਜਸ਼ਨ ਮਨਾਉਂਦੇ ਹੋਏ ਲਗਾਤਾਰਤਾ ਬਰਕਰਾਰ ਹੈ ਸਾਡੇ ਦੋਵਾਂ ਦੇ ਨਾਲ ਮੌਜੂਦ ਨੇ ਗੁਰਲੇਜ਼ ਅਖਤਰ ਜੀ ਰੁਪਿੰਦਰ ਹਾਂਡਾ ਜੀ ਅੰਮ੍ਰਿਤਾ ਵਿਰਕ ਜੀ ਤੇ ਮਿਸ ਨੀਲਮ ਜੀ ਸੋ ਇੱਕ ਵਾਰ ਫਿਰ ਤੋਂ ਗੱਲਾਂ ਬਾਤਾਂ ਦਾ ਪ੍ਰਵਾਹ ਹੁਣ ਅੱਗੇ ਤੋਰੀਏ ਬਿਲਕੁਲ ਹਰਮਨ ਜੀ ਪਤਾ ਹੀ ਨਹੀਂ ਲੱਗਿਆ ਵੀ ਸਮਾਂ ਅਰਬੀ ਘੋੜੇ ਵਾਂਗ ਕਿਵੇਂ ਨਿਕਲ ਗਿਆ ਜੀ ਤੇ ਚਿੱਤ ਕਰਦਾ ਵੀ ਦੂਜੀ ਕਿਸ਼ਤ ਆ ਜਿਹੜੀ ਉਹ ਬਿਲਕੁਲ ਗਾਣਿਆਂ ਵਾਲੀ ਤੇ ਦਿਲ ਦੀਆਂ ਗੱਲਾਂ ਵਾਲੀ ਰਵੇ ਬਿਲਕੁਲ ਸਹੀ ਸੋ ਸਾਰਿਆਂ ਦਾ ਇੱਕ ਵਾਰੀ ਫੇਰ ਸਵਾਗਤ ਕਰਦੇ ਆ ਜੀ ਤੇ ਮੈਂ ਨਾ ਦਬਦਾ ਕਿੱਥੇ ਗਾਣਾ ਸੁਣਨਾ ਜ਼ਰੂਰ ਮੈਂ ਅਮਰਤਾ ਜੀ ਤੋਂ ਗਾਣੇ ਸੁਣਨੇ ਆ ਜੀ ਹਾਲੇ ਤਾਂ ਮੈਂ ਨੀਲਮ ਜੀ ਤੋਂ ਗਾਣੇ ਸੁਣਨੇ ਰੁਪਿੰਦਰ ਹਾਂਡਾ ਜੀ ਤੋਂ ਕਾਲੀ ਇਕਤਵਾ ਸੁਣਾਂਗੇ ਆਪਾਂ ਹਾਲੇ ਬਹੁਤ ਸਾਰੀਆਂ ਹੋਰ ਗੱਲਾਂ ਵੀ ਅਸੀਂ ਸੁਣਨੀਆਂ ਨੇ ਸੋ ਆਓ ਆਪਾਂ ਹੁਣ ਅੱਗੇ ਵਧਦੇ ਆ ਸਵਾਗਤ ਕਰਦੇ ਆ ਜੀ ਤੇ ਫੇਰ ਕਰਨੇ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਇੱਕ ਵਾਰ ਫਿਰ ਤੋਂ 11 ਨੂੰ ਹੀ ਤੁਹਾਡਾ ਸਵਾਗਤ ਕਰਦੇ ਆ ਤੁਹਾਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਡੇ ਵੱਲੋਂ ਵੀ ਸਾਰਿਆਂ ਨੂੰ ਤੁਹਾਨੂੰ ਵੀ ਤੇ ਰੱਬ ਵਰਗੇ ਸਰੋਤੇ ਦੁਨੀਆ ਭਰ ਵਸਦੇ ਪੰਜਾਬੀਆਂ ਨੂੰ ਨਵੇਂ ਸਾਲ ਦੀਆਂ ਸਾਡੇ ਵੱਲੋਂ ਵੀ ਬਹੁਤ ਬਹੁਤ ਜੱਜ ਦਾ ਵਿਚਾਰ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਾਡੇ ਵੱਲੋਂ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਟੈਣਾ ਸਾਹਿਬ ਤੁਹਾਨੂੰ ਵੀ ਹਰਮਨ ਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਹੁਤ ਮਿਹਰਬਾਨੀ ਪਹਿਲਾ ਦੌਰ ਤਾਂ ਬੜਾ ਚੇਤੇ ਆਉਂਦਾ ਹੁਣ ਹਾਂਜੀ ਉਹ ਦੌਰ ਚੰਗਾ ਸੀ ਕਿ ਅੱਜ ਵਾਲਾ ਚੰਗਾ ਕੈਸਟ ਵਾਲਾ ਕਿ ਅੱਜ YouTube ਵਾਲਾ ਪਹਿਲੇ ਵਾਲਾ ਵਧੀਆ ਸੀ ਲਾਈਵ ਚੱਲਦਾ ਸੀ ਨਾ ਸਾਰਾ ਕੁਝ ਪਤਾ ਲੱਗਦਾ ਸੀ ਹੈ ਨਾ ਵੀ ਕੀ ਹੈ ਕੈਸਟਾਂ ਵੀ ਐ ਲਾਈਨ ਲਾ ਕੇ ਵਿਕਦੀਆਂ ਸੀ ਕੋਈ ਇੱਕ ਇਹੋ ਜੀ ਯਾਰ ਜਿਹੜੀ ਸਟੇਜ ਦੇ ਉੱਤੇ ਚੜੇ ਤੇ ਕੋਈ ਐਸਾ ਪ੍ਰਸ਼ੰਸਕ ਕੋਈ ਐਸਾ ਸ਼ੁਭ ਚਿੰਤਕ ਮਿਲਿਆ ਜਿਨੇ ਦਿੱਲੀ ਲੁੱਟ ਲਿਆ ਹੋਵੇ ਜਿਨੇ ਤੁਹਾਡੇ ਤੇ ਐਸਾ ਅਸਰ ਛੱਡਿਆ ਹੋਵੇ ਵੀ ਉਸ ਯਾਦ ਨੂੰ ਮੈਂ ਕਦੇ ਵਿਸਾਰ ਨਹੀਂ ਸਕਦੀ ਸਾਡਾ ਪ੍ਰੋਗਰਾਮ ਸੀ ਰਾਤ ਦਾ ਵਿਆਹ ਦੀ ਪਾਰਟੀ ਸੀ ਕੋਈ ਅਮਰੀਕਾ ਤੋਂ ਸੀ ਕੋਈ ਮਤਲਬ ਉਹ ਫੈਮਿਲੀ ਮੈਂਬਰਸ ਉਹਨਾਂ ਦੇ ਵਿੱਚ ਕੋਈ ਆਏ ਵੇ ਤੇ ਉਹਨਾਂ ਨੇ ਸਾਨੂੰ ਚਲੋ ਬਟੂਏ ਕਰਕੇ ਮਤਲਬ ਸਾਨੂੰ ਬੁੱਕ ਕਰਦੇ ਸੀ ਵੀ ਬਟੂਆ ਗਾਣਾ ਉਹ ਸੁਣਾਓ ਵੀ ਗਾਣਾ ਹੀ ਉਹ ਸੁਣਨਾ ਉਹ ਬੰਦੇ ਨਾ ਲੈਦਰ ਦੇ ਨਾ ਛੋਟੇ ਛੋਟੇ ਪਰਸ ਲੈ ਕੇ ਆਇਆ ਸੀ ਜੈਂਟਸ ਉਸ ਬੰਦੇ ਨੇ ਉਹਦੇ ਵਿੱਚ ਹੀ ਪੈਸੇ ਪਾ ਪਾ ਕੇ ਵੀ ਮੈਨੂੰ ਨਹੀਂ ਪਤਾ ਉਹਨੇ ਕਿੰਨੇ ਕੁ ਬੰਦੇ ਨੇ ਪੈਸੇ ਪਾ ਪਾ ਕੇ ਉਹ ਬਟੂਏ ਮਤਲਬ ਸਾਡੇ ਤੇ ਵਾਰੇ ਹੋਣਗੇ ਅੱਛਾ ਜੀ ਤੇ ਉਹ ਬੰਦੇ ਨੇ ਕਿੰਨੇ ਕੁ ਜੇਬਾਂ ਦੇ ਵਿੱਚ ਪੈਸੇ ਪਾਏ ਹੋਣਗੇ ਉਹਨੇ ਤੇ ਉਹ ਬਟੂਆ ਲੈਦਰ ਦੇ ਬਟੂਏ ਪਤਾ ਨਹੀਂ ਉਹ ਸਾਡੇ ਮਿਊਜ਼ੀਸ਼ੀਅਨ ਜਿੰਨੇ ਸਾਡੇ ਸਾਊਂਡ ਵਾਲੇ ਹੋਰ ਲੋਕ ਉਹ ਸਾਰਿਆਂ ਨੇ ਬਟੂਏ ਲਏ ਉਸ ਦਿਨ ਤੇ ਉਹ ਮਤਲਬ ਇੰਨਾ ਕੁ ਪਿਆਰ ਕਰਦੇ ਸੀ ਨਾ ਉਹ ਲੋਕ ਵੀ ਬਟੂਆ ਮੈਡਮ 10-15 ਵਾਲੀ ਉਹੀ ਬਟੂਆ ਗੀਤ ਸੁਣਿਆ ਉਹਨਾਂ ਨੇ ਕੀ ਬਾਤ ਹੈ ਬਟੂਏ ਖਾਲੀ ਇੰਨਾ ਕੁ ਡਾਲਰਾਂ ਨਾਲ ਭਰੇ ਹੋਏ ਸੀ ਭਰੇ ਹੋਏ ਪੈਸੇ ਨਾਲ ਭਰ ਕੇ ਸੁੱਟਦਾ ਸੀ ਡਾਲਰਾਂ ਨਾਲ ਖਾਲੀ ਬਟੂਆ ਨਹੀਂ ਸੁੱਟਣਾ ਡਾਲਰਾਂ ਪੈਸੇ ਪਾ ਕੇ ਡਾਲਰ ਫੇਰ ਸੁੱਟਦੇ ਸੀ ਇੰਨਾ ਮੈਂ ਤੁਹਾਨੂੰ ਦੱਸਦਾ ਵੀ ਇੱਕ ਵਾਰੀ ਨਾ ਅਸੀਂ ਕਿਸੇ ਦੀ ਇੰਟਰਵਿਊ ਕਰ ਰਹੇ ਸੀ ਹਾਂਜੀ ਕੋਈ ਕਲਾਕਾਰ ਨਵਾਂ ਉੱਭਰ ਰਿਹਾ ਤੇ ਉਹਦੀ ਇੰਟਰਵਿਊ ਆ ਜਿਹੜੀ ਉਹ ਕਰ ਰਹੀ ਸੀ ਇੱਕ ਨਵੀਂ ਸਖਾਂਦਰੂ ਕੁੜੀ ਅੱਛਾ ਜੀ ਉਹ ਸਖਾਂਦਰੂ ਕੁੜੀ ਜਿਹੜੀ ਐਕਸਾਈਟਡ ਬਹੁਤ ਹੋ ਗਈ ਅੱਛਾ ਜੀ ਉਹ ਬਿਲਕੁਲ ਉਹਨੂੰ ਤੁਹਾਡਾ ਨੀਲਮ ਬਣ ਗਈ ਉਹ ਹਾਂ ਉਹਦੇ ਵਿੱਚ ਨੀਲਮ ਦਾ ਵਾਸ ਹੋ ਗਿਆ ਉਹ ਮੁੰਡੇ ਨੇ ਗਾਣਾ ਸ਼ੁਰੂ ਕਰ ਲਿਆ ਬਟੂਆ ਅੱਛਾ ਜੀ ਤੁਹਾਡੇ ਵਾਲਾ ਹੀ ਉਹਨੇ ਕਿਹਾ ਝੋਨੇ ਦੀ ਟਰਾਲੀ ਸਿੱਟੀ ਮੰਡੀ 'ਚ ਸਵੇਰੇ ਇਹਦੀ ਮੁੱਕਦੇ ਨਾ ਨੋਟ ਪਾ ਕਹਿੰਦੀ ਅੱਛਾ ਉਹ ਕਹਿੰਦਾ ਉਹ ਮੈਨੂੰ ਸਾਲੇ ਦੇ ਵਿਆਹ ਦਾ ਪੂਰਾ ਚਾਹ ਸਾਲੀ ਆ ਕਹਿੰਦਾ ਓਏ ਹੋਏ 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 ਕਹਿੰਦੇ ਵੀ ਇਹ ਕਿਤੇ ਉੱਠ ਕੇ ਹੁਣ ਪੂਰਾ ਕੰਮ ਕਰੂਗੀ ਖੜੀ ਹੋ ਕੇ ਨੱਚਣ ਲੱਗ ਜੇ ਬੀਬੀ
ਜਿਹੜਾ ਦੌਰ ਵੇਖਿਆ ਹੈ ਨਾ ਇਹ ਤਾਂ ਮੰਨਦੇ ਹੋ ਕਿ ਜਿਹੜਾ ਉਹ ਦੌਰ ਦੇ ਵਿੱਚ ਜੋ ਖੁਸ਼ੀਆਂ ਜੋ ਲੋਕਾਂ ਦੇ ਨਾਲ ਪਿਆਰ ਜੋ ਅਸਲ 'ਚ ਕਹਿੰਦੇ ਲੋਕਾਂ ਦੇ ਨਾਲ ਜੋ ਤੁਹਾਡਾ ਰਾਬਤਾ ਸੀ ਜੋ ਇੱਕ ਹੈ ਨਾ ਤੁਹਾਡਾ ਬਹੁਤ ਵਧੀਆ ਸਾਥ ਸੀ ਉਹ ਵਾਲਾ ਅੱਜ ਦੇ ਦੌਰ ਦੇ ਜਿਹੜੇ ਗਾਇਕ ਨੇ ਉਹਨਾਂ ਨਹੀਂ ਉਹਨੂੰ ਇੰਜੋਏ ਕਰ ਸਕਦੇ ਹੈ ਨਾ ਪਹਿਲਾਂ ਵਰਗੀ ਬਾਤ ਨਹੀਂ ਹੈ ਜਿਹੜੀ ਇੱਕ ਆਪਸੀ ਰਿਸ਼ਤਿਆਂ ਦੇ ਵਿੱਚ ਇੱਕ ਇੱਜ਼ਤ ਪਿਆਰ ਸਤਿਕਾਰ ਮਾਣ ਮੰਨਦੇ ਹੁੰਦੇ ਸੀ ਨਾ ਵੀ ਜਿਵੇਂ ਹੁਣ ਜਿਵੇਂ ਦੀਦੀ ਹੁਣਾਂ ਨੇ ਸਾਨੂੰ ਕੁਛ ਕਹਿ ਦਿੱਤਾ ਤੇ ਉਹ ਹੋਊਗਾ ਏਦਾਂ ਨਹੀਂ ਹੋਊਗਾ ਵੀ ਉਹ ਮੂੰਹ ਤੇ ਹਾਂ ਕਰਤੀ ਤੇ ਬਾਅਦ ਚ ਫੋਨ ਨਹੀਂ ਚੱਕਣਾ ਹੁਣ ਏਦਾਂ ਦਾ ਸਿਸਟਮ ਜ਼ਿਆਦਾ ਚੱਲਦਾ ਪਹਿਲੀ ਗੱਲ ਤੇ ਨੰਬਰ ਹੀ ਗਲਤ ਕੋਈ ਇੱਕ ਅੱਧਾ ਡਿਜਿਟ ਹੀ ਗਲਤ ਦੇ ਕੇ ਜਾ ਮੇਰੇ ਵੀ ਲੱਗਦਾ ਕਿ ਪਰਸਨਲ ਨੰਬਰ ਸਾਰਿਆਂ ਦੇ ਸਾਰਿਆਂ ਕੋਲੇ ਹੋਣਗੇ ਹਾਂਜੀ ਪਰ ਪਹਿਲਾਂ ਜਿਹੜੇ ਆਰਟਿਸਟ ਜਿੰਨੇ ਵੀ ਹੈਗੇ ਨਾ ਮੈਨੂੰ ਨਹੀਂ ਲੱਗਦਾ ਉਹਨਾਂ ਚ ਕਿਸੇ ਚ ਕੋਈ ਨਹੀਂ ਹੈ ਨਹੀਂ ਸਿਆਲਸ ਜੀ ਹਾਂਜੀ ਵੀ ਰਿਸਪੈਕਟ ਦਿੰਦੇ ਸੀ ਹਰ ਇੱਕ ਇੱਕ ਰੀਜ਼ਨ ਇੱਕ ਹੋਰ ਵੀ ਹੈਗਾ ਜੀ ਜਿਵੇਂ ਤੁਸੀਂ ਇੱਕ ਸਵਾਲ ਕੀਤਾ ਸੀਗਾ ਕਿ ਪਹਿਲਾਂ ਦੇ ਟਾਈਮ ਤੇ ਅੱਜ ਦੇ ਟਾਈਮ 'ਚ ਕੀ ਫਰਕ ਤੁਹਾਨੂੰ ਲੱਗਦਾ ਮੈਨੂੰ ਇਹ ਲੱਗਦਾ ਕਿ ਜਦੋਂ ਉਹ ਟਾਈਮ ਜਦੋਂ ਅਸੀਂ ਹਲੇ ਗਾਉਣਾ ਵੀ ਸ਼ੁਰੂ ਨਹੀਂ ਕੀਤਾ ਸੀ ਮੈਂ ਉਸ ਤੋਂ ਪਹਿਲਾਂ ਦੀ ਗੱਲ ਕਰ ਰਹੀ ਹਾਂ ਉਦੋਂ ਕੰਪੀਟੀਸ਼ਨ ਇੰਨਾ ਹੁੰਦਾ ਹੀ ਨਹੀਂ ਸੀਗਾ ਇੰਨੇ ਕਲਾਕਾਰ ਹੀ ਨਹੀਂ ਸੀਗੇ ਹੁਣ ਤਾਂ ਉਹ ਇੱਕ ਪਹਿਲਾਂ ਹੁੰਦੀ ਸੀ ਨਾ ਗੱਲ ਕਿ ਇੱਟ ਪੁੱਟੋ ਤੇ ਕਲਾਕਾਰ ਹੁਣ ਤਾਂ ਉੱਤੇ ਇੱਟਾਂ ਦੇ ਹਾਂ ਉੱਤੇ ਮੰਜ਼ਲਾਂ ਬਣ ਗਈਆਂ ਹਨਾ ਵੀ ਹਨੇਰੇ 'ਚ ਕਿਤੇ ਵੀ ਛੱਡਦੇ ਹੋ ਹੋਰ ਕਲਾਕਾਰ ਹੀ ਹਾਂ ਤੁਸੀਂ ਗੱਲ ਕਰ ਪਿੱਠਾਂ ਸੇਕਣ ਦੇ ਆ ਗਏ ਰਿਕਾਰਡਿੰਗ ਹੁੰਦੀ ਸੀ ਤਾਂ ਮੈਂ ਥੋੜੇ ਦਿਨ ਬਿਮਾਰ ਜੀ ਰਹੀ ਹਾਂ ਬਾਹਰੋਂ ਆਏ ਨਾ ਬਾਹਰਲਾ ਫੂਡ ਖਾ ਲਿਆ ਤੇ ਮੈਂ ਥੋੜੀ ਬਿਮਾਰ ਹੋ ਗਈ ਉਹ ਮੈਨੂੰ ਕਹਿੰਦੇ ਤੁਸੀਂ ਲਾ ਦਿਓ ਕੋਈ ਨਹੀਂ ਅਸੀਂ ਆਪੇ ਤੁਹਾਡਾ ਸੌਰ ਉੱਤੇ ਚੱਕ ਦੇਣਾ ਮੈਂ ਕਿਹਾ ਤੁਸੀਂ ਇੱਦਾਂ ਕਿੱਦਾਂ ਚੱਕ ਦੋਗੇ ਲੈ ਕਹਿੰਦਾ ਮੈਡਮ ਜੀ ਤੁਹਾਨੂੰ ਤਾਂ ਗਾਉਣਾ ਆਉਂਦਾ ਅਸੀਂ ਤਾਂ ਉਹਨਾਂ ਨੂੰ ਗਾਉਣ ਲੱਗਤਾ ਜਿਹਨਾਂ ਨੂੰ ਗਾਉਣਾ ਨੇੜੇ ਤੇੜੇ ਵੀ ਮਤਲਬ ਇੱਦਾਂ ਵੀ ਹੋ ਗਿਆ ਜਿਹੜੇ ਤਾਂ ਨਿੱਤਰ ਕੇ ਮੋਹਰੇ ਆਉਂਦੇ ਕੁੰਡੀਆਂ ਦੇ ਸਿੰਘ ਜਦੋਂ ਫਸਦੇ ਆ ਅਸਲੀ ਆਰਟਿਸਟ ਦਾ ਪਤਾ ਸਟੇਜ ਤੇ ਲੱਗਦਾ ਹੈ ਨਾ ਅਸਲੀ ਆਰਟਿਸਟ ਦਾ ਪਤਾ ਸਟੇਜ ਤੇ ਲੱਗਦਾ ਹੈ ਕਿ ਜਦੋਂ ਜ਼ੋਰ ਨਾਲ ਇੱਕ ਦੇ ਜ਼ੋਰ ਨਾਲ ਗਾਣਾ ਹੁੰਦਾ ਫਿਰ ਪਤਾ ਲੱਗਦਾ ਹੈ ਕਿੰਨੇ ਪਾਣੀ ਚ ਪਰ ਨਹੀਂ ਜਿਹੜਾ ਇੱਕ ਲੋਕਾਂ ਦੇ ਨਾਲ ਵੀ ਪਿਆਰ ਦਾ ਅਹਿਸਾਸ ਸੀ ਵੀ ਜਿਹੜੇ ਪਰਿਵਾਰ 'ਚ ਜਾਣਾ ਬਹੁਤ ਸਾਰੇ ਸਿੰਗਰ ਇਹੋ ਜਿਹੇ ਨੇ ਜਿਨ੍ਹਾਂ ਨੇ ਪਿਓ ਦੇ ਵਿਆਹ 'ਚ ਵੀ ਗਾਇਆ ਗਾ ਉਹਨਾਂ ਦੇ ਨਿਆਣੇ ਦੇ ਵਿਆਹ 'ਚ ਵੀ ਗਾਇਆ ਇੱਕ ਪਰਿਵਾਰ 'ਚ ਸੱਤ ਪ੍ਰੋਗਰਾਮ ਵੀ ਲਾਏ ਵੀ ਉਹ ਰਿਸ਼ਤੇ ਬਣ ਜਾਂਦੇ ਸੀ ਪੱਕੇ ਪਰ ਹੁਣ ਉਹ ਰਿਸ਼ਤੇ ਨਹੀਂ ਬਣ ਪਾਉਂਦੇ ਜਿਹੜੇ ਆਮ ਲੋਕ ਨੇ ਉਹਨਾਂ ਦੇ ਨਾਲ ਵੀ ਗਾਇਕਾਂ ਦੇ ਹੁਣ ਜਿਹੜੀ ਸਹਿਣਸ਼ੀਲਤਾ ਉਹ ਨਹੀਂ ਹੈਗੀ ਜੀ ਹਨਾ ਉਨੀ ਸਹਿਣਸ਼ੀਲਤਾ ਹੈ ਨਹੀਂ ਗੀ ਪਹਿਲਾਂ ਜਿਹੜੇ ਕਲਾਕਾਰ ਸੀ ਜਾਂ ਲੋਕ ਵੀ ਸੀਗੇ ਨਾ ਮੋਹਰੇ ਸੁਣਦੇ ਉਹ ਛੇਤੀ ਕੀਤੇ ਕਲਾਕਾਰ ਨੂੰ ਰਫ ਨਹੀਂ ਸੀ ਬੋਲਦੇ ਜਾਂ ਰਿਸਪੈਕਟ ਬਹੁਤ ਦਿੰਦੇ ਸੀਗੇ ਰਿਸਪੈਕਟ ਬਹੁਤ ਦਿੰਦੇ ਸੀ ਤੇ ਕਲਾਕਾਰ ਵੀ ਜੇ ਕੋਈ ਗੱਲ ਹੁੰਦੀ ਸੀ ਸਹਿਨ ਕਰ ਲੈਂਦਾ ਸੀ ਹੁਣ ਕਲਾਕਾਰ ਵੀ ਨਹੀਂ ਸਹਿਨ ਕਰਦੇ ਇੱਕ ਮੈਨੂੰ ਸਿਕਿਉਰਿਟੀ ਕਿੰਨੀ ਹੈ ਹਨਾ ਇੱਕ ਹਾਂਜੀ ਮੈਂ ਇਹਦੇ ਨਾਲ ਇੱਥੇ ਰਿਲੇਟ ਕਰ ਰਹੀ ਹਾਂ ਗੱਲ ਕਿ ਪਹਿਲਾਂ ਕੀ ਹੁੰਦਾ ਸੀ ਜੋ ਮੈਂ ਸੁਣੀ ਸੁਣਾਈ ਗੱਲ ਕਰ ਰਹੀ ਹਾਂ ਸ਼ਾਇਦ ਤੁਸੀਂ ਮੇਰੀ ਗੱਲ ਤੁਸੀਂ ਦੱਸਿਓ ਸੱਚ ਕਿ ਝੂਠ ਕਿ ਪਹਿਲਾਂ ਆਰਟਿਸਟ ਆਪ ਹੀ ਫੋਨ ਚੱਕ ਲੈਂਦੇ ਹੁੰਦੇ ਸੀਗੇ ਇੰਨੀ ਮਤਲਬ ਅਪਰੋਚ ਇੰਨੀ ਔਖੀ ਨਹੀਂ ਸੀਗੀ ਆਰਟਿਸਟ ਤੱਕ ਆਪ ਫੋਨ ਚੱਕ ਲੈਣਾ ਜਾਂ ਆਪਣੇ ਆਫਿਸ 'ਚ ਆਪ ਆ ਜਾਣਾ ਪਹਿਲਾਂ ਆਫਿਸ ਬਣੇ ਹੁੰਦੇ ਸੀਗੇ ਹੁਣ ਤਾਂ ਆਫਿਸ ਮੇਰੇ ਖਿਆਲ ਹੈ ਵੀ ਨਹੀਂ ਗੇ ਹੁਣ ਤਾਂ ਆਫਿਸ ਦਾ ਵੀ ਜ਼ਮਾਨਾ ਚਲਾ ਗਿਆ ਹੁਣ ਤਾਂ ਫੋਨ 'ਤੇ ਹੀ ਹੈ ਜਾਂ ਈਮੇਲਸ ਹੈ ਜਾਂ ਫੋਨ ਹੈ ਅਤੇ ਉਸ ਵੇਲੇ ਅਪਰੋਚ ਇੰਨੀ ਈਜ਼ੀ ਸੀਗੀ ਕਿ ਤੁਸੀਂ ਆਰਟਿਸਟ ਨੂੰ ਮਿਲ ਵੀ ਸਕਦੇ ਸੀਗੇ ਉਹਦੇ ਨਾਲ ਗੱਲ ਵੀ ਕਰ ਸਕਦੇ ਸੀ ਉਹਦੇ ਨਾਲ ਫੋਨ 'ਤੇ ਔਰ ਇਨ ਪਰਸਨ ਵੀ ਮਿਲ ਸਕਦੇ ਸੀ ਸੋ ਕਿਤੇ ਨਾ ਕਿਤੇ ਹੁਣ ਜਿਹੜੇ ਉਹ ਵਿੱਚ ਹੋਰ ਚੀਜ਼ਾਂ ਆ ਗਈਆਂ ਮੈਨੇਜਰਸ ਆ ਗਏ ਅੱਗੇ ਵੀ ਤਿੰਨ ਤਿੰਨ ਮੈਨੇਜਰਸ ਹੈਗੇ ਆ ਪੀ ਆਰ ਦਾ ਹੋਰ ਹੈਗਾ ਤੁਹਾਡੇ ਬੁਕਿੰਗਸ ਦਾ ਹੋਰ ਹੈਗਾ ਸੋਸ਼ਲ ਮੀਡੀਆ ਦਾ ਹੋਰ ਹੈਗਾ ਹੈ ਨਾ ਆਹ ਸਾਰੀਆਂ ਚੀਜ਼ਾਂ ਸੋ ਇਹ ਚੀਜ਼ਾਂ ਨੇ ਵੀ ਵਾਰਮਥ ਨੂੰ ਘਟਾਇਆ ਬਿਲਕੁਲ ਸਹੀ ਤਾਂ ਆਰਟਿਸਟ ਤੱਕ ਡਾਇਰੈਕਟ ਅਪਰੋਚ ਨਹੀਂ ਹੈਗੀ ਤਾਂ ਇਹ ਰੀਜ਼ਨ ਹੈ ਕਿ ਆਰਟਿਸਟ ਜਾਂਦਾ ਆਪਣਾ ਕੰਮ ਸਟੇਜ 'ਤੇ ਕਰਦਾ ਮੁੜ ਕੇ ਗੱਡੀ 'ਚ ਬਹਿੰਦਾ ਤੇ ਆ ਜਾਂਦਾ ਸਿਰਫ ਉਹ ਕਮਰਸ਼ੀਅਲ ਬਿਜ਼ਨਸ ਦੀ ਵਪਾਰ ਦੀ ਬਿਜ਼ਨਸ ਹੈ ਕਾਰੋਬਾਰ ਹਾਂਜੀ ਪਿਓਰ ਬਿਜ਼ਨਸ ਹੈ ਸਾਨੂੰ ਪ੍ਰੋਗਰਾਮ ਬੁੱਕ ਹੁੰਦੇ ਸੀ ਸਾਨੂੰ ਘਰ ਆਉਂਦੇ ਸੀ ਲੋਕੀ ਹੈ ਨਾ ਬੁਕਿੰਗ ਕਰਾਉਂਦੇ ਸੀ ਮਿਲਣਾ ਚੰਗਾ ਸਮਝਦੇ ਸੀ ਹਾਂ ਜਦੋਂ ਉਹ ਆਰਟਿਸਟ ਨਾਲ ਮਿਲਦੇ ਨਾ ਇੱਕ ਆਪਸ ਮਤਲਬ ਤੁਸੀਂ ਇਕੱਠੇ ਸ਼ੇਅਰ ਕਰਦੇ ਆ ਹੈ ਨਾ ਕੋਈ ਆਣਾ ਤੇ ਲੰਚ ਟਾਈਮ ਤੇ ਚਾਹ ਵੀ ਚਾਹਣੇ ਚਾਹ ਪੀਤੀ ਉਹਨਾਂ ਨੂੰ ਇਹ ਹੀ ਬੜੀ ਖੁਸ਼ੀ ਹੁੰਦੀ ਸੀ ਬਿਲਕੁਲ ਵੀ ਆਸੀਂ ਘਰ ਆ ਗਏ ਮਿਲਿਆ ਅਸੀਂ ਘਰ ਗਏ ਸਾਨੂੰ ਚਾਹ ਪਾਣੀ ਪਿਲਾਇਆ ਰੋਟੀ ਖਵਾਈ ਤੇ ਉਹ ਐਦਾਂ ਸਮਝਦੇ ਸੀ ਇੱਕ ਫੈਮਿਲੀ ਮੈਂਬਰ ਤਰ੍ਹਾਂ ਅਸੀਂ ਜੋ ਸਟੇਜ ਤੇ ਜਾਣਾ ਮੈਨੂੰ ਤਕਰੀਬਨ ਕਾਫੀ ਆਰਟਿਸਟ ਕੁਐਸਚਨ ਪੁੱਟ ਕਰਦੇ ਸੀ ਕਿ ਤੁਸੀਂ ਰਾਤ ਨੂੰ ਤੁਹਾਡੇ ਨਾਲ ਕੁੜੀ ਹੈ ਤੇ ਤੁਸੀਂ ਰਾਤ ਦੇ ਪ੍ਰੋਗਰਾਮ ਵਿਆਹਾਂ ਦੇ ਕਿਵੇਂ ਕਰਦੇ ਆ ਉਹ ਕਹਿੰਦੇ ਸੀ ਵੀ ਸਾਡੀ ਕੁੜੀ ਇੱਦਾਂ ਕਰਦੀ ਕਿ ਪਹਿਲਾਂ ਫੈਮਿਲੀ 'ਚ ਜਾਂਦੇ ਆ ਅਤੇ ਉਹ ਫੈਮਿਲੀ ਰਿਲੇਸ਼ਨ 'ਚ ਵਧੀਆ ਬਣ ਜਾਂਦੇ ਆ ਕਿ ਸਾਡੀ ਕੁੜੀ ਨੂੰ ਤਾਂ ਨਾ ਅਗਲੇ ਸੂਟ ਦੇ ਕੇ ਤੋਰਦੇ ਆ ਵੀ ਬਾਈ ਸਾਡਾ ਵਿਆਹ ਸੀ ਮੁੰਡੇ ਸਾਡੀ ਕੁੜੀ ਹੈ ਕਹਿੰਦੇ ਗੱਡੀ 'ਚ ਬਿਠਾਉਂਦੇ ਆ ਸ਼ਗਨ ਦੇ ਕੇ ਤੋਰਦੇ ਸਾਡਾ ਇਹੋ ਜਿਹਾ ਮਤਲਬ ਮਾਹੌਲ ਹੈ ਕਿ ਸਾਨੂੰ ਕਦੇ ਵੀ ਕੋਈ ਪ੍ਰੋਬਲਮ ਨਹੀਂ ਆਈ ਰਾਤ ਦੇ ਪ੍ਰੋਗਰਾਮਾਂ 'ਚ ਨਾ ਦਿਨ ਦੇ ਪ੍ਰੋਗਰਾਮਾਂ 'ਚ ਪਰ ਹੁਣ ਤਾਂ ਕੁਛ ਹੋਰ ਹੀ ਚੱਕ ਲਓ ਭੱਜ ਅਸੀਂ ਕਿਤੇ ਪ੍ਰੋਗਰਾਮ 'ਤੇ ਗਏ ਸਾਨੂੰ ਕਹਿੰਦੇ ਵੀ ਹੁਣ ਜਿੰਨੇ ਵੀ ਮੁੰਡੇ ਕੁੜੀਆਂ ਨਵੇਂ ਆਉਂਦੇ ਆ ਜਾਂ ਕਿੱਦਾਂ ਵੀ ਉਹਨਾਂ ਸਾਰਿਆਂ ਨੇ ਪਿਸਟਲ ਰੱਖਿਆ ਹੁੰਦਾ ਜਾਂ ਕਿੱਦਾਂ ਹੈ ਨਾ
ਵੀ ਤੁਸੀਂ ਮੈਡਮ ਜੀ ਨਹੀਂ ਇੱਦਾਂ ਮੈਂ ਕਿਹਾ ਵੀ ਮੇਰੀ ਸੋਚ ਅਸੀਂ ਕਹਿੰਦੇ ਹਾਂ ਵੀ ਆਹ ਜਿਹੜੀ ਆਰਟਿਸਟ ਹੈ ਨਾ ਉਹਦੀ ਜ਼ਬਾਨ ਹੀ ਹਥਿਆਰ ਤੋਂ ਵੱਧ ਆ ਜੇ ਤੁਹਾਡੀ ਜ਼ਬਾਨ ਮਿੱਠੀ ਆ ਤਾਂ ਕੋਈ ਮੈਨੂੰ ਨਹੀਂ ਲੱਗਦਾ ਵੀ ਕੋਈ ਤੁਹਾਨੂੰ ਕੁਛ ਕਹੂਗਾ ਜੇ ਤੁਸੀਂ ਆਪ ਹੀ ਮੋਹਰੇ ਹੋ ਗਰਮ ਸੁਭਾਅ ਦੇ ਆ ਫਿਰ ਤਾਂ ਪ੍ਰੋਬਲਮ ਆਉਣੀ ਹੀ ਆਉਣੀ ਹੈ ਨਾ ਦੀਦੀ ਇੱਦਾਂ ਕਿ ਉਹ ਆਪਾਂ ਉਹਨਾਂ ਲਈ ਨਹੀਂ ਉਹ ਹੈਗਾ ਜੋ ਵੀ ਆਪਾਂ ਨਾਲ ਆਪਾਂ ਸਿਕਿਉਰਿਟੀ ਰੱਖਦੇ ਆ ਜਾਂ ਕੁਛ ਵੀ ਆ ਹੁਣ ਸਮੇਂ ਇਦਾਂ ਦੇ ਆ ਗਏ ਹੁਣ ਸਮਾਂ ਇਦਾਂ ਦਾ ਨਹੀਂ ਹੈਗਾ ਉਹ ਪਹਿਲਾਂ ਵਾਲਾ ਜੋ ਸਮਾਂ ਸੀਗਾ ਅਸੀਂ ਆਉਂਦੇ ਹੋਏ ਗੱਲ ਕਰ ਰਹੇ ਸੀਗੇ ਮੈਂ ਤੇ ਬ੍ਰਦਰ ਅਸੀਂ ਗੱਡੀ 'ਚ ਸੀਗੇ ਤੇ ਅਸੀਂ ਗੱਲ ਕਰਦੇ ਸੀਗੇ ਅਸੀਂ ਦਿਲਸ਼ਾਦ ਅਖਤਰ ਹੁਣਾਂ ਨੂੰ ਯਾਦ ਕਰ ਰਹੇ ਸੀਗੇ ਹੁਣ ਉਹ ਤੇ ਅੱਜ ਦਾ ਸਮਾਂ ਨਹੀਂ ਸੀ ਉਹ ਤਾਂ ਬੜੇ ਹੀ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਉਹਨਾਂ ਨੂੰ ਇੱਕ ਗਾਣੇ ਦੀ ਡਿਮਾਂਡ ਹੋਈ ਉਹਨਾਂ ਨੂੰ ਉਹਨਾਂ ਨੇ ਅਗਰ ਥੋੜਾ ਲੇਟ ਹੋ ਗਿਆ ਤੇ ਗੋਲੀ ਮਾਰਤੀ ਉਹ ਤੇ ਅੱਜ ਦੇ ਜ਼ਮਾਨੇ 'ਚ ਨਹੀਂ ਹੋਇਆ ਉਸ ਜ਼ਮਾਨੇ 'ਚ ਵੀ ਹੁੰਦਾ ਸੀਗਾ ਅੱਜ ਦੇ ਜ਼ਮਾਨੇ 'ਚ ਸਿਕਿਉਰਿਟੀ ਆਪਣੇ ਲਈ ਹੀ ਹੁੰਦੀ ਹੈ ਔਰ ਜੋ ਕਿ ਅੱਜ ਦੇ ਸਮੇਂ ਜੋ ਜਿੰਨੇ ਕੁ ਹਾਲਾਤ ਮਾੜੇ ਹੋ ਗਏ ਨੇ ਆਲੇ ਦੁਆਲੇ ਮੈਨੂੰ ਲੱਗਦਾ ਕਿ ਜ਼ਰੂਰੀ ਹੈ ਕਿਉਂਕਿ ਅਗਲਾ ਬੰਦਾ ਕੋਈ ਵੀ ਇਦਾਂ ਨਾ ਲਵੇ ਕਿ ਇਹਨਾਂ ਨੇ ਬਾਉਂਸਰਸ ਰੱਖੇ ਨੇ ਇਹਨਾਂ ਨੇ ਸਿਕਿਉਰਿਟੀ ਰੱਖੀ ਆ ਉਹ ਨੀਡ ਹੋ ਗਈ ਹੈ ਹਰ ਇੱਕ ਦੀ ਔਰ ਮੈਨੂੰ ਲੱਗਦਾ ਕਿ ਲੋਕ ਇਸ ਗੱਲ ਨੂੰ ਅੰਡਰਸਟੈਂਡ ਵੀ ਕਰਦੇ ਹੁਣ ਅਸੀਂ ਇੱਥੇ ਆਏ ਆ ਕੌਣ ਆ ਸਾਡੇ ਨਾਲ ਕੋਈ ਨਹੀਂ ਹੈਗਾ ਨਾ ਜੀ ਜਦੋਂ ਸ਼ੋਅ ਤੇ ਜਾਣੇ ਜ਼ਰੂਰਤ ਹੈ ਜਦੋਂ ਜਾਵਾਂਗੇ ਸਾਨੂੰ ਨੀਡ ਹੈਗੀ ਆ ਜੀ ਹੁਣ ਉਹ ਸਮਾਂ ਨਹੀਂ ਹੈਗਾ ਪਤਾ ਨਹੀਂ ਕਿਹੜੇ ਬੰਦੇ ਨੇ ਨਿਕਲ ਕੇ ਤੁਹਾਨੂੰ ਕੀ ਕਰ ਦੇਣਾ ਕੀ ਕਹਿ ਦੇਣਾ ਕੁਝ ਨਹੀਂ ਪਤਾ ਅੱਜ ਦੀ ਡੇਟ ਦੇ ਵਿੱਚ ਤੇ 10 ਸਕਿੰਟ ਲਈ ਇੱਕ ਵੀਡੀਓ ਦੀ ਸਫਾਈ ਬੰਦਾ 10 ਸਾਲ ਦਿੰਦਾ ਰਹਿੰਦਾ ਬਿਲਕੁਲ ਬਿਲਕੁਲ ਪਤਾ ਕੋਈ ਨਹੀਂ ਘੁੰਮ ਕੇ ਫੇਰ ਉੱਥੇ ਮੇਰੀ ਗੱਲ ਨਾਲ ਗੁਰਲੇ ਸਹਿਮਤ ਹੋਊਗੀ ਕਿ ਅਸੀਂ ਕੁੜੀਆਂ ਅਸੀਂ ਉਹਨੇ ਬਾਉਂਸਰ ਨਹੀਂ ਰੱਖੇ ਹੋਣੇ ਜਿਹਨੇ ਸਾਡੇ ਇੰਡਸਟਰੀ ਦੇ ਮੁੰਡੇ ਰੱਖਦੇ ਬਿਲਕੁਲ 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 ਸਹੀ ਸੋ ਇਹ ਜ਼ਰੂਰਤ ਹੈ ਕਿਉਂਕਿ ਮੁੰਡਿਆਂ ਨੇ ਜ਼ਿਆਦਾ ਵਿਚਰਨਾ ਹੁੰਦਾ ਉਹ ਹਰ ਇੱਕ ਨੂੰ ਮਿਲਣਾ ਹੁੰਦਾ ਅਸੀਂ ਸ਼ਾਇਦ ਉਹਨਾਂ ਨਹੀਂ ਸਾਡਾ ਸਟੂਡੀਓ ਸੈਸ਼ਨ ਹੁੰਦਾ ਅਸੀਂ ਗਾਣੇ ਬਣਾਉਂਦੇ ਹਾਂ ਗਾਣੇ ਰਿਲੀਜ਼ ਕਰਦੇ ਹਾਂ ਸਾਡਾ ਇੰਨਾ ਕੁ ਉਹ ਹੁੰਦਾ ਅਸੀਂ ਕਿਤੇ ਵੀ ਜਾਵਾਂਗੇ ਵਿਆਹ ਸ਼ਾਦੀ 'ਚ ਕਿਤੇ ਸਾਡੇ ਨਾਲ ਕਿਤੇ ਤੁਹਾਨੂੰ ਬਾਉਂਸਰਸ ਨਹੀਂ ਮਿਲਣਗੇ ਫੈਮਿਲੀ ਹੁੰਦੀ ਹੈ ਜਿੱਥੇ ਅਸੀਂ ਨਹੀਂ ਹੁਣ ਉਹੀ ਆ ਵੀ ਹੁਣ ਲੋਕਾਂ 'ਚ ਸਹਿਣ ਹੁਣ ਆਪਾਂ ਸ਼ੋਅਸ ਤੇ ਗਏ ਪਹਿਲਾਂ ਦੱਸਾਈ ਇਹ ਚੀਜ਼ਾਂ ਹੁੰਦੀਆਂ ਵੀ ਪਹਿਲਾਂ ਲੋਕੀ ਪਿਆਰ ਕਰਦੇ ਸੀ ਲੋਕੀ ਵਧੀਆ ਲੋਕਾਂ ਸੀ ਹੁਣ ਜਿਵੇਂ ਜਿਵੇਂ ਮਾਹੌਲ ਮਤਲਬ ਚੇਂਜ ਹੋ ਗਿਆ ਹੈ ਨਾ ਪ੍ਰੋਬਲਮਸ ਆ ਰਹੀਆਂ ਚਲੋ ਡਰਦੇ ਹਰ ਕੋਈ ਬਿਲਕੁਲ ਰਵਿੰਦਰ ਜੀ ਨੇ ਗੱਲ ਛੇੜੀ ਦਿਲਸ਼ਾਦ ਅਖਤਰ ਬਾਈ ਜੀ ਦੀ ਮਾਣ ਪੰਜਾਬੀ ਗਾਇਕੀ ਦਾ ਹਾਂਜੀ ਜੋ ਹੋਇਆ ਆਪਾਂ ਜਾਣਦੇ ਆ ਉਸ ਸਾਰੇ ਵਰਤਾਰੇ ਨੂੰ ਚੇਤੇ ਕਰਕੇ ਕਿਉਂਕਿ ਤੁਹਾਡਾ ਪਰਿਵਾਰ ਬਹੁਤ ਮਹਾਨ ਪਿਛੋਕੜ ਵਾਲਾ ਉਸਤਾਦ ਕੀੜੇ ਖਾਂ ਸ਼ਕੀਨ ਸਾਹਿਬ ਮਨਪ੍ਰੀਤ ਅਖਤਰ ਜੀ ਸੰਦੀਪ ਅਖਤਰ ਹੋਰੀ ਤੁਸੀਂ ਆਪ ਹੋਰ ਪਰਿਵਾਰ ਦੇ ਬਹੁਤ ਸਾਰੇ ਜੀ ਉਹ ਫਿਰ ਆਪਦੇ ਇਸ ਪਰਿਵਾਰ ਦੇ ਉੱਤੇ ਮਾਣ ਕਿੰਨਾ ਕੁ ਹੁੰਦਾ ਤੇ ਜਿਹੜਾ ਪਿਛੋਕੜ ਦੇ ਵਾਲੇ ਜਦੋਂ ਝਾਤ ਮਾਰਦੇ ਆ ਪਰਿਵਾਰਕ ਪਿਛੋਕੜ ਦੇ ਵੱਲ ਕੀ ਆਉਂਦਾ ਮਨ ਦੇ ਵਿੱਚ ਬਿਲਕੁਲ ਦੇਖੋ ਜਦੋਂ ਤੁਸੀਂ ਤੁਹਾਡੇ ਨਾਲ ਪਰਿਵਾਰ ਦਾ ਹੁਣ ਅਖਤਰ ਪਰਿਵਾਰ ਦਾ ਨਾਮ ਜੁੜਿਆ ਹੋਵੇ ਅਤੇ ਦਿਲਸ਼ਾਦ ਵੀਰੇ ਨੇ ਹੀ ਸਾਨੂੰ ਲੁਧਿਆਣੇ ਲੈ ਕੇ ਆਏ ਸੀ ਪਿੰਡੋਂ ਸਾਨੂੰ ਕਿਉਂਕਿ ਸਾਡਾ ਪਿੰਡ ਕੋਟਕਪੂਰੇ ਦੇ ਨਾਲ ਬਾਂਦਰ ਜਟਾਣਾ ਮੈਂ ਅੱਗੇ ਵੀ ਦੱਸਦੀ ਹੁੰਦੀ ਹਾਂ ਪਿੰਡੋਂ ਉਹ ਲੈ ਕੇ ਆਏ ਸੀ ਡੈਡੀ ਹੁਣੀ ਉਹਨਾਂ ਦੇ ਨਾਲ ਹੀ ਜਾਂਦੇ ਹੁੰਦੇ ਸੀ ਉਸ ਤੋਂ ਬਾਅਦ ਉਹਨਾਂ ਦੀ ਡੈਥ ਹੋ ਗਈ ਫਿਰ ਡੈਡੀ ਦੀ ਡੈਥ ਹੋ ਗਈ ਮਤਲਬ ਸਾਨੂੰ ਪਿੰਡੋਂ ਕੱਢਣ ਵਾਲਾ ਦਿਲਸ਼ਾਦ ਵੀਰਾ ਹੀ ਸੀ ਔਰ ਉਹਨਾਂ ਨੇ ਮੇਰਾ ਨਾਮ ਰੱਖਿਆ ਸੀ ਮੇਰਾ ਨਾਮ ਵੈਸੇ ਨਿਕਨੇਮ ਸਿੰਮੀ ਆ ਅਤੇ ਉਹਨਾਂ ਨੇ ਮੇਰਾ ਨਾਮ ਗੁਰਲੇਜ਼ ਅਖਤਰ ਰੱਖਤਾ ਗੁਲਰੇਜ਼ ਰੱਖਿਆ ਸੀਗਾ ਪਰ ਉਹ ਬੋਲਣ ਦੇ ਵਿੱਚ ਗੁਰਲੇਜ਼ ਗੁਰਲੇਜ਼ ਹੋ ਗਿਆ ਅਤੇ ਸਕੂਲ ਦੇ ਵਿੱਚ ਵੀ ਗੁਰਲੇਜ਼ ਹੀ ਹੋ ਗਿਆ ਅਤੇ ਇਹਨਾਂ ਨੇ ਵੀ ਮੰਮੀ ਹੋਣਾਂ ਨੇ ਵੀ ਗੁਰਲੇਜ਼ ਲਿਖਾਤਾ ਹੋਣਾ ਉੱਥੋਂ ਦੇਖੋ ਮੈਨੂੰ ਉਹ ਨਾਮ ਦਿੱਤਾ ਉਹਨਾਂ ਨੇ ਇਹ ਨਾਮ ਇੱਥੇ ਤੱਕ ਪਹੁੰਚਣਾ ਸੀਗਾ ਮੈਨੂੰ ਕਈ ਉਹਨਾਂ ਦੀ ਬੇਟੀ ਸਮਝਦੇ ਆ ਮੈਂ ਦੱਸਦੀ ਹਾਂ ਕਿ ਮੈਂ ਭੈਣ ਹਾਂ ਮੈਂ ਤਾਇਆ ਜੀ ਦੀ ਬੇਟੀ ਹਾਂ ਹੈ ਨਾ ਅਤੇ ਕਿਤੇ ਨਾ ਕਿਤੇ ਉਹਨਾਂ ਨੂੰ ਉਹਨਾਂ ਦੇ ਨਾਲ ਮੈਨੂੰ ਯਾਦ ਕੀਤਾ ਜਾਂਦਾ ਮੇਰੇ ਨਾਲ ਉਹਨਾਂ ਨੂੰ ਯਾਦ ਕੀਤਾ ਜਾਂਦਾ ਇਹ ਵੀ ਬਹੁਤ ਵੱਡੀ ਗੱਲ ਆ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਆ ਹਾਲਾਂਕਿ ਮੈਂ ਕਿਤੇ ਕਦੀ ਵੀ ਇੱਦਾਂ ਯੂਜ਼ ਨਹੀਂ ਕੀਤਾ ਕਿ ਮੈਂ ਉਹਨਾਂ ਦਾ ਜ਼ਿਕਰ ਕਰਕੇ ਇੱਥੇ ਤੱਕ ਜੇ ਪਹੁੰਚੀ ਹੋਵਾਂ ਇੱਦਾਂ ਦਾ ਕੁਛ ਨਹੀਂ ਬਟ ਜਦੋਂ ਤੁਹਾਡੇ ਨਾਲ ਘਰਾਣਾ ਜੁੜ ਜਾਂਦਾ ਉਹ ਆਪਣੇ ਆਪ ਤੁਹਾਨੂੰ ਲੋਕ ਉਸ ਤਰੀਕੇ ਨਾਲ ਦੇਖਣ ਲੱਗ ਜਾਂਦੇ ਔਰ ਉਸ ਚੀਜ਼ ਨੂੰ ਤੁਸੀਂ ਕਿਵੇਂ ਅੱਗੇ ਲੈ ਕੇ ਜਾਂਦੇ ਹੋ ਉਹ ਤੁਹਾਡੇ 'ਤੇ ਬਹੁਤ ਡਿਪੈਂਡ ਕਰਦਾ ਸੰਦੀਪ ਬਾਈ ਵੀ ਚੇਤੇ ਆਉਂਦਾ ਬਿਲਕੁਲ ਜੀ ਉਹ ਵੀ ਮੇਰੇ ਤਾਇਆ ਜੀ 'ਤੇ ਬੈਠੇ ਸੀ ਸਾਰਾ ਪਰਿਵਾਰ ਜਿੱਦਾਂ ਸਾਡੀ ਕਹਿ ਲਓ ਕਿ ਮਾਮੇ ਭੂਆ ਦੇ ਪੁੱਤ ਸਾਡੇ ਡੈਡੀ ਹੋਣੀ ਪਿੱਛੋਂ ਅਸੀਂ ਚਾਚੇ ਤਾਇਆਂ ਦੇ ਇੱਦਾਂ ਇੱਕੋ ਹੀ ਪਰਿਵਾਰ ਆ ਅਸੀਂ ਸਾਰੇ ਅਤੇ ਬੜਾ ਮਾਣ ਮਹਿਸੂਸ ਹੁੰਦਾ ਵੀ ਮੈਂ ਵੀ ਇਸ ਪਰਿਵਾਰ ਦਾ ਹਿੱਸਾ ਗਾਂ ਮੇਰੇ ਭੈਣ ਭਰਾ ਉਹ ਮੇਰੇ ਨਾਮ ਨੂੰ ਅੱਗੇ ਲੈ ਕੇ ਜਾ ਰਹੇ ਆ ਮੇਰੇ ਲਈ ਬੜੀ ਮਾਣ ਵਾਲੀ ਗੱਲ ਹੈ ਜੈਸਮੀਨ ਆ ਸ਼ਹਿਨਾਜ਼ ਹੋਣੀ ਆ ਸਾਹਿਲ ਹੋਣੀ ਆ ਸੋ ਇਹ ਕਾਰਵਾ ਜੇ ਇੱਦਾਂ ਹੀ ਚੱਲਦਾ ਰਹੇ ਤਾਂ ਬਹੁਤ ਵਧੀਆ ਲੱਗ ਤੁਸੀਂ ਹੁਣ ਦੱਸਿਆ ਕਿ ਤੁਹਾਡੇ ਵਿੱਚੋਂ ਮਹਿਕ ਸਾਰੇ ਪਰਿਵਾਰ 'ਚੋਂ ਮਹਿਕ ਆਉਂਦੀ ਹੈ ਵੀ ਸਾਹਿਲ ਤੁਹਾਨੂੰ ਮਿਲਿਆ ਵਧੀਆ ਉਹ ਚੀਜ਼ਾਂ ਵਧੀਆ ਲੱਗਦੀਆਂ ਨੇ ਹੁਣ ਉਹ ਨਾਮ ਨੂੰ ਕਿੱਦਾਂ ਤੁਸੀਂ ਬਰਕਰਾਰ ਰੱਖਣਾ ਜਦੋਂ ਤੁਸੀਂ ਸਾਰੇ ਜਣੇ ਕਿਤੇ ਇਕੱਠੇ ਹੁੰਦੇ ਆ ਚਾਚੇ ਤਾਏ ਦੇ ਧੀਆਂ ਪੁੱਤ ਸਾਰੇ ਫਿਰ ਤੁਹਾਡਾ ਮੁਕਾਬਲਾ ਤਾਂ ਇਹ ਹੁੰਦਾ ਹੋਣਾ ਮੈਂ ਜਦੋਂ ਆਹ ਲਾਈ ਨਾ ਮੁਰਕੀ ਮੈਂ ਜਦੋਂ ਐ ਲਾਈ ਨਾ ਸੁਰ ਕਦੀ ਕਦੀ ਇਹ ਮਾਹੌਲ ਬਣਦਾ ਸਾਡਾ ਸਾਰੇ ਭੈਣ ਭਰਾਵਾਂ ਦਾ ਕੀ ਮਹਿਫਲ ਲੱਗਦੀ ਹੈ ਅਸੀਂ ਗਾਉਂਦੇ ਹਾਂ ਕਦੀ ਕਦੀ ਹੁਣ ਕਿਉਂਕਿ ਬਿਜ਼ੀ ਲਾਈਫ ਹੀ ਬਿਜ਼ੀ ਇੰਨੀ ਹੋ ਗਈ ਲੋਕਡਾਊਨ 'ਚ ਤਾਂ ਮਹਿਫਲਾਂ ਬਹੁਤ ਲੱਗੀਆਂ ਲੋਕਡਾਊਨ 'ਚ ਬਹੁਤ ਹਾਂ ਹੁਣ ਤਾਂ ਮੈਨੂੰ ਲੱਗਦਾ 2-2.5 ਸਾਲ ਹੋ ਗਏ ਨਹੀਂ ਹੁਣ ਬਹੁਤ ਬਿਜ਼ੀ ਹੋ ਗਏ ਲੋਕਡਾਊਨ 'ਚ ਤਾਂ
क्योंकि जेकर मूहरे 1000 वीर खड़ा ते पता नहीं ओदे विचों 100 5 10 50 ओ की सोच रखदे हुण पता नहीं ना हुंदा उहनां दे विचों कोई ना कोई ऐसी गल कर जांदा वी जिहड़ा कि करोड़ के रख जांदी है अंदरे दा बुरा हाल कर दिंदी है कोई एहो जी भी याद हैगी है नहीं बिल्कुल नहीं है क्योंकि पता नहीं मेरे ते मेहर रही है उस परमात्मा दी कि मैं जदों भी स्टेज ते गई हां मेरे नाल कदे भी कोई मिसबिहेव कोई मिसहैपनिंग उत्थे स्टेज दे उत्ते नहीं हुई है और पता नहीं रब ने शक्ल ही इहो जी दित्ती है ਵੀ ਅਗਲਾ ਬੰਦਾ ਡਰਦਾ ਪਹਿਲਾਂ ਹੀ ਆਹ ਚੀਜ਼ ਹੈਗੀ ਹਾਲਾਂਕਿ ਮੈਂ ਬਿਲਕੁਲ ਨਹੀਂ ਹਾਂ ਇਸ ਤਰ੍ਹਾਂ ਦੀ ਕਿ ਮੈਂ ਗੁੱਸੇ ਵਾਲੀ ਹਾਂ ਜਾਂ ਕੁਛ ਇੱਦਾਂ ਕਹੋ ਮੈਂ ਇਸ ਤਰ੍ਹਾਂ ਹੀ ਜੀ ਨਹੀਂ ਮੈਂ ਨਹੀਂ ਕਿ ਮੈਨੂੰ ਆਲਰੇਡੀ ਮੰਨੀ ਜਾਂਦੇ ਆ ਸਾਰੇ ਬਈ ਮੈਂ ਇੱਦਾਂ ਦੀ ਹੁਣ ਗੁਰਲੇਜ਼ ਮੈਨੂੰ ਕਿੰਨੇ ਸਾਲਾਂ ਤੋਂ ਮਤਲਬ ਮੈਂ ਬਹੁਤ ਜਦੋਂ ਅਸੀਂ ਗੱਲ ਥੋੜ੍ਹੀ ਜਿਹੀ ਬਦਲ ਰਹੀ ਹੈ 2009 ਦੇ ਵਿੱਚ ਪਹਿਲੀ ਵਾਰ ਜਦੋਂ ਮੈਂ ਕੈਨੇਡਾ ਗਈ ਸੀ ਗੁਰਲੇਜ਼ ਮੇਰੇ ਨਾਲ ਘੱਟ ਬੋਲਦੀ ਹੁੰਦੀ ਸੀ ਮੈਂ ਬੋਲਦੀ ਹੀ ਨਹੀਂ ਸੀ ਅੱਛਾ ਜੀ ਹਾਂ ਤੇ ਗੁਰਲੇਜ਼ ਐਂ ਸੀ ਸ਼ੁਰੂ ਤੋਂ ਹੀ ਮੈਂ ਸ਼ੁਰੂ ਤੋਂ ਬੋਲਡ ਸੀਗੀ ਹਾਂ ਬੋਲਣ ਵਾਲੀ ਬੋਲਣਾ ਐਕਸਪ੍ਰੈਸ ਕਰਨਾ ਮੈਂ ਬਿਲਕੁਲ ਐਕਸਪ੍ਰੈਸਿਵ ਨਹੀਂ ਸੀਗੀ ਬਿਲਕੁਲ ਆਪਣੇ ਇਮੋਸ਼ਨਸ ਨੂੰ ਆਪਣੀ ਗੱਲ ਨੂੰ ਐਕਸਪ੍ਰੈਸ ਮੈਂ ਤੇ ਮੈਨੂੰ ਇੱਥੇ ਮੈਂ ਤੇਰੀ ਗੱਲ ਕੱਟਾਂ ਮੇਰਾ ਨਾ ਜਦੋਂ ਵਿਆਹ ਹੋਇਆ ਮੈਨੂੰ ਕੋਈ ਬੰਦਾ ਕਹਿੰਦਾ ਕੁੜੀਏ ਹੁਣ ਤੂੰ ਘੱਟ ਹੱਸਿਆ ਕਰ ਤੇਰਾ ਵਿਆਹ ਹੋਗਾ ਮੈਂ ਕਿਹਾ ਮੈਨੂੰ ਜੇਲ੍ਹ ਥੋੜ੍ਹੀ ਹੋਈ ਵਿਆਹ ਹੀ ਹੋਇਆ ਮੈਂ ਕਿਹਾ ਮੈਂ ਜਿੱਦਾਂ ਦੀ ਹੈਗੀ ਮੈਂ ਇੱਦਾਂ ਹੀ ਰਹਿਣਾ ਸੋ ਇਹ ਵੀ ਮੇਰੇ ਨਾਲ ਹੀ ਖੜੇ ਸੀਗੇ मेरे नाल तो खैर कदे नहीं होया पर मेरे नाल तो कदे नहीं होया गुरबाणी भी कहती है पर जो कोई हसदा तो सानू सब तो दिक्कत होंगी है इनकी उच्ची क्यों हसदा है इनू हसना नहीं चाहिए कुड़ी है हस नहीं सकती भी कुड़ियां हस भी नहीं सकदियां मैं तो फिर मैं थोनू गल दसा मैं ओ जे परिवार च आउनी आ जिथे सानू इस ये चीज़ा मैं बचपन च देखी हाँ मेरा जिहड़ा परिवार है साडे परिवार च ना तो कोई गाउण वाला सीगा ना कोई बैकग्राउंड सी ना ही कोई गाइडेंस सीगी इस तरह की शौक रखते सीगे सारे तो शौक शौक दे विच इत्थे तक पहुँच गए हाँ जो कदे सोचा नहीं सीगा भी सिंगिंग च आना है बस शौक सीगा साडे परिवार दे विच कुड़िए हौली हसया कर असी मैं उस परिवार चो हाँ जिहड़े इन्ने स्ट्रिक्ट परिवार मतलब फैमिली हैगी आ सो मैनू पर एक ना रब्बी थोड़े ते हुंदी आ मेहर हुंदी आ मैं शुरू तो ही इदा अपने आप नू कह लो भी प्रजेंट किया या परिवार दे विच ते आपां हमेशा बच्चा खुल के ही अपनी गल नू रखदा मैं कदे कुड़ियां दी तरह रही नहीं सीगी मैनू सारे शौक मुंडिया वाले ते बुलट पहली जिहड़ी मैं बाइक चलाई उह बुलट सी हाँ जी ते छोटी जी एज विच मैं गड्डी चलाउणा सिख लिया सारे शौक मुंडिया वाले फिर मैं गाने जदों सुनने तो मैनू उह भी मुंडिया वाले गाने चंगे लगने ते मैं सोचना भी काश मैं मुंडा होंदी ते मैं मुंडे वाले गाने गाउंदी अच्छा हाँ तो मेरे मतलब उस तरह का सो मेरी परवरिश उस तरह की हुई आ कि जिहदे विच ए चीज़ नहीं कहेगी कि तू कुड़ी है तो तू ऐ नहीं करना पर जिहड़े साडे पुराने सीगे साडे बजुर्ग सीगे दादा जी होणी या इदा ओह थोड़े जिहे इस प्रवृत्ति दे सीगे कि ਕੁੜੀਆਂ ਨੂੰ ਹਾਂ ਘੱਟ ਬੋਲਣਾ ਚਾਹੀਦਾ ਘੱਟ ਹੱਸਣਾ ਚਾਹੀਦਾ ਘਰੋਂ ਕੱਢਣਾ ਕੁੜੀਆਂ ਨੂੰ ਨਹੀਂ ਨਹੀਂ ਘਰੋਂ ਵਾਲਾ ਤਾਂ ਨਹੀਂ ਸੀਗਾ ਸੀਨ ਪਰ ਨਹੀਂ ਨਹੀਂ ਤੇ ਪਰ ਕੱਲੇ ਨਹੀਂ ਜਾਣਾ ਤੁਸੀਂ ਆਪਣੀ ਸੀ ਬੁਲਾਉਣ ਨੂੰ ਫਿਰਦੇ ਆ मैं थोन दस दी मेरी नानी ने मेरे मम्मी नू जो इन्हों ना प्राइमरी तक पहला स्कूल प्राइमरी तक होंगे सके तो जो अगे जाना सी पढ़ना सीगा तो मेरे नाना जी लैके गए नानी नहीं नाना जी लैके गए मम्मी होना एडमिशन करवा तो वह हो गए लेट तो उस साल होया नहीं एडमिशन सो मैं मतलब उतों मेरे जी नानका फैमिली वो सारी बड़ी ओपन सी दादका थोड़ा जहाँ इदा
ਤੇ ਉਹ ਥੋੜਾ ਜਿਹਾ ਤਾਂ ਕਰਕੇ ਮਿਕਸ ਜਿਹਾ ਹੋ ਗਿਆ ਕੰਮ। ਹਾਂ ਤੇ ਉਹਦੇ ਵਿੱਚ ਹਲੀਮੀ ਵੀ ਸੀਗੀ, ਥੋੜਾ ਜਿਹਾ ਇੰਟਰੋਵਰਟ ਵੀ ਸੀ, ਪਰ ਆਪਦੇ ਸ਼ੌਂਕ ਨੂੰ ਵੀ ਪੂਰਾ ਕੀਤਾ। ਸੋ ਬੜਾ ਵਧੀਆ ਰਿਹਾ, ਬਹੁਤ ਵਧੀਆ ਜਰਨੀ ਰਹੀ। ਤੁਹਾਡਾ ਪਤਾ ਨਾਮ ਸੀ ਜਨਾਬ ਰੁਪਿੰਦਰ ਹਾਂਡਾ ਸਾਹਿਬ ਕਾਲੀ ਅਕਤਵਾ ਵਾਲੇ। ਤੁਸੀਂ ਮੈਨੂੰ ਅੱਜ ਵੀ ਕਹਿ ਸਕਦੇ, ਕੋਈ ਦਿੱਕਤ ਨਹੀਂ ਹੈ। ਜਨਾਬ ਜਨਾਬ ਅੱਛਾ ਲੱਗਾ ਹਮੇ, ਗੱਲਬਾਤ ਹੈ, ਧੰਨਵਾਦ, ਮੰਨੀ ਨਹੀਂ ਜਾਂਦੀ ਸਾਰੀ। ਤੁਸੀਂ ਕੋਈ ਗੱਲ ਹੋਰ ਸੁਣਾਓ, ਜੇ ਕੋਈ ਇੱਕ ਗਾਣਾ ਹੋ ਜਾਏ ਜਾਂ ਕੋਈ ਐਸੀ ਮਿੱਠੀ ਸੁਣੀ ਯਾਦ ਹੋਰ ਹੋ ਜਾਏ। ਦੱਸੋ ਕੀ ਕਰਨਾ, ਉਹੀ ਗੱਲ ਜਿੱਦਾਂ ਨਾ ਵਿਆਹ ਤੋਂ ਪਹਿਲਾਂ ਨਾ ਵੀ ਜਦੋਂ ਵਿਆਹ ਹੋਣਾ ਹੁੰਦਾ ਜਾਂ ਮੰਗਣਾ ਹੋ ਗਿਆ ਹੁੰਦਾ ਨਾ, ਫਿਰ ਮਤਲਬ ਜਦੋਂ ਵਿਆਹ ਹੋਇਆ ਵੀ ਹੁੰਦਾ ਹੈ ਨਾ, ਮਤਲਬ 5-6 ਮਹੀਨੇ ਜਾਂ ਸਾਲ ਕੁ ਨਵਾਂ ਨਵਾਂ, ਤੇ ਨਵਾਂ ਨਵਾਂ ਜਦੋਂ ਵਿਆਹ ਹੁੰਦਾ ਨਾ, ਉਦੋਂ ਹਸਬੈਂਡ ਬੜਾ ਜਾਨੂ ਜਾਨੂ ਹੈ ਨਾ, ਯੇ ਵੋ ਦਾ, ਮਤਲਬ ਪਿਆਰ ਪਿਆਰ ਦੇ ਨਾਲ ਮਿੱਠੀਆਂ ਬੁਲਾਉਂਦੇ, ਮਿੱਠੀਆਂ ਜਿਹੀ ਗੋਲੀਆਂ ਦਿੰਦੇ, ਤੇ ਉਸ ਤੋਂ ਬਾਅਦ ਕੁਛ ਹੋਰ ਹੋ ਜਾਂਦੇ। ਹਾਂ ਫਿਰ ਹੋਰ ਕੁਛ ਹੋ ਜਾਂਦੇ। ਉਹ ਮੇਰੇ ਇੱਕ ਗਾਣਾ ਸੀ, ਐ ਪਸੀਨੇ ਲਿਆ ਕਰਨਾ ਚਾਹੀਦਾ। ਤੁਸੀਂ ਵੀ ਕੋਈ ਗਾਣਾ ਹੋਰ ਸੁਣਾ ਦਿਓ ਜੀ। ਜਰੂਰ ਜੀ, ਸ਼ਰਾਬੀ ਵਾਲਾ ਗਾਣਾ ਸੁਣਾ ਦਿਓ। ਹਾਂਜੀ, ਮੈਂ ਵਹਿਨੀ ਅੰਦਰ ਵੜ ਕੇ, ਤੂੰ ਅੱਖੀਓ ਤੁਰ ਗਈ ਲੜਕੇ, ਮੈਂ ਵਹਿਨੀ ਅੰਦਰ ਵੜ ਕੇ, ਤੂੰ ਅੱਖੀਓ ਤੁਰ ਗਈ ਲੜਕੇ, ਆਪੇ ਵੱਜਣੋ ਹਟ ਜਾਣੇ, ਆਪੇ ਵੱਜਣੋ ਹਟ ਜਾਣੇ, ਲਲਕਾਰੇ ਢੋਲ ਦੇ, ਤੇਰਾ ਵੀਰ ਸ਼ਰਾਬੀ ਆਇਆ ਨਣਦੇ, ਤੇਰਾ ਵੀਰ ਸ਼ਰਾਬੀ ਆਇਆ ਨਣਦੇ, ਕੁੰਡਾ ਖੋਲ ਦੇ, ਮੇਰਾ ਢੋਲ ਸ਼ਰਾਬੀ ਆਇਆ ਨਣਦੇ, ਕੁੰਡਾ ਖੋਲ ਦੇ, ਕਿੱਥੇ ਮੈਂ ਰੱਖਾਂ ਤੇਰੀਆਂ ਦਾਰੂ ਦੀਆਂ ਬੋਤਲਾਂ, ਕਿੱਥੇ ਮੈਂ ਰੱਖਾਂ ਤੇਰੀਆਂ ਦਾਰੂ ਦੀਆਂ ਬੋਤਲਾਂ, ਕਿੱਥੇ ਮੈਂ ਰੱਖਾਂ ਵੇ ਗਲਾਸ, ਵੇ ਰੰਗ ਕਾਲਾ ਪੈ ਗਿਆ ਤੇਰਿਆਂ ਗਮਾਂ ਦੇ ਨਾਲ, ਵੇ ਰੰਗ ਕਾਲਾ ਪੈ ਗਿਆ ਤੇਰਿਆਂ ਗਮਾਂ ਦੇ ਨਾਲ। ਬਹੁਤ ਖੂਬ, ਬਹੁਤ ਖੂਬ। ਰੁਪਿੰਦਰ ਜੀ ਨੇ ਨਾ ਫੋਨ ਦੇ ਉੱਤੇ ਲਿਖ ਕੇ ਭੇਜਤਾ ਵੀ 4 ਲੱਖ ਰੁਪਇਆ ਪ੍ਰੋਗਰਾਮ ਦਾ।
हो अखां दे विच तू अखां तां पा लै मेरे वल नूं करके मूह मित्रा उत्थे केड़ा दुनिया नी वसदी ओ जिथे है नी तू मित्रा उत्थे केड़ा दुनिया नी वसदी वे जिथे है नी तू मित्रा हाँ किन्ने सोहणे सी लिखदा गाणे किहो जे हालातां पेश पिया मैनू तां गल निक्की नी लगदी जिथे तेरा कलेश पिया चल ला दे तीर टिकाणे ते ला दे तीर टिकाणे जेड़े समय तो मिथे आ हो मेरे यार नू दबण नू फिरदे सी पर दबदा किथे आ हाय नी मेरे यार नू दबण नू फिरदे सी पर दबदा किथे आ क्या बात है ये गाना बहुत कमाल कर दिया जी ये तो मुख्यमंत्री साहब ने अपनी रैलियों च बजाया हां जी भगवंत मान जी थैंक यू जी ये गाने दी बैजा बैजा थैंक यू श्या देखण वाले भी सानू प्यार देण वाले भी जिहड़े इन्ना मोहब्बत दिंदे आ सारे गल मन ली जी काली इट वाली गल मनाओ थोड़े मन जाणगे ਮੇਰੇ ਪਿੰਡ ਦੇ ਗੇੜੇ ਮਾਰਦਾ ਹੁਣ ਦਿਓ ਫਿਰ ਮੰਨਣਾ ਹੈ ਨਾ ਮੰਨ ਲੈ ਯਾਰ ਮੇਰੀ ਤਾਂ ਮੰਨਣੀ ਹੈ ਅੱਛਾ ਠੀਕ ਹੈ ਉਹ ਮੇਰੀ ਸੀ ਤਾਂ ਹੀ ਮੈਂ ਕਹਿੰਦਾ ਆਪਣੇ ਬਣਾ ਕੇ ਦਿਖਾਓ ਕਹਿੰਦਾ ਸਭ ਪਹਿਲੀ ਵਾਰ ਚ ਪਹਿਲੀ ਬੋਲ ਹੈ ਕਿ ਦੇਖੋ ਗੱਲ ਇਹ ਆ ਪਲੀਜ਼ ਬੋਲ ਔਰਤਾਂ ਦੇ ਹੱਕ ਚ ਕਾਨੂੰਨ ਬਹੁਤ ਆ ਹਾਂ ਜੀ ਇੱਥੇ ਆ ਜਾਓ ਮੰਨ ਗਏ ਮੰਨ ਗਏ ਹੁਣ ਇੱਥੇ ਆ ਜਾਓ ਹਰ ਪੱਖ ਔਰਤਾਂ ਦਾ ਹੀ ਆ ਬੰਦੇ ਦਾ ਕੀ ਆ ਪਰ ਦੱਬਦਾ ਕਿੱਥੇ ਫੇਰ ਵੀ ਨਹੀਂ ਦੱਬਦਾ ਸੁਣਾ ਦਿਓ ਫਿਰ मेरी काली एक्टिवा दा एक दिन खड़ गया हैंडल फड़ के पानी पानी होगी मैं पटुहा करवांद है अड़के किंदा कुड़ती तेरी दे मैनू लटकन पट गए दूजा लटदा कोबरा गिरदा नहीं मेरे पिंड दे गेड़ मारदा मुंडा बिना वजह तो फिरदा नहीं मैं भी देखदी ओनू बड़िया दिनों तो ओ भी देखदा चिरदा नहीं मेरे पिंड दे गेड़े मारदा बाबा क्या बात है बहुत खूब थैंक यू पिछले पंज तो भरया तुसी ये गल नु देख रहे हैं हां जी भी तुसी हुन चुप रहने हो गंभीर रहने हो ते अगे तां पर पछोड़ी वांग आ ही रहे थे ओदर पड़ाका पाता ओदर पाता ताई तो ने बार बार कहा मेरे नाल तो इदां दा कुछ नहीं होया मेरे मैं शुरू तो एदां दी सी एही सुभा सी बस एही सी चेंज कीता हुण थोड़ा नहीं मैं चेंज नहीं कीता मैं एही सी पर कहिंदे ना कि जिवें जिवें तुसीं वड्डे हुंदे हो तुहाडी लोकां नूं वेखण दा नजरिया बदल जांदा बस मेरा नजरिया बदलिया बहुत खूब मेरा नजरिया बदलिया मैनूं लगदा है कि तुहानूं सिर्फ उत्थे तवज्जो देनी चाहीदी है उत्थे तुहानूं इंपोर्टेंस देनी चाहीदी जिस चीज़ ते जरूरत है जदों असीं फालतू चीज़ां ते ध्यान ज़्यादा दिंदे हां ते असीं फोकस तो हट जांदे हां भटक जांदे हां सो मेरे नाल वी शायद इही होया सीगा तो ਮੈਨੂੰ ਲੱਗਦਾ ਕਿ ਸਹੀ ਸਹੀ ਡਾਇਰੈਕਸ਼ਨ ਦੇ ਵਿੱਚ ਜਾਣਾ ਬੜਾ ਜ਼ਰੂਰੀ ਹੈ ਬਿਲਕੁਲ ਬਹੁਤ ਬਿਲਕੁਲ ਸਹੀ ਮੈਂ ਤਾਂ ਅਮ੍ਰਿਤਾ ਜੀ ਨੂੰ ਪੁੱਛਣ ਲੱਗੀ ਸੀ ਕਿ ਜਿਹੜੀਆਂ ਨਵੀਆਂ ਕੁੜੀਆਂ ਇਸ ਸਨਅਤ ਦੇ ਵਿੱਚ ਆਉਣਾ ਚਾਹੁੰਦੀਆਂ ਨੇ ਪੈਰ ਧਰਾਵਾ ਕਰਨਾ ਚਾਹੁੰਦੀਆਂ ਨੇ ਕਿਹੜੀ ਉਹ ਖਾਸ ਗੱਲ ਹੈ ਜਿਹੜੀ ਉਹਨਾਂ ਨੂੰ ਜ਼ਿਹਨ ਦੇ ਵਿੱਚ ਜ਼ਰੂਰ ਬਿਠਾ ਕੇ ਆਉਣਾ ਚਾਹੀਦਾ ਹੈ ਜਿਹੜੀ ਰੁਪਿੰਦਰ ਨੇ ਕਹੀ ਆ ਵੀ ਤੁਸੀਂ ਆਪਣੇ ਕੰਮ ਤੇ ਫੋਕਸ ਰੱਖੋ ਬਾਕੀ ਤੁਹਾਨੂੰ ਕੋਈ ਇੱਧਰ ਉੱਧਰ ਕੀ ਕਹਿ ਰਿਹਾ ਉਹ ਧਿਆਨ ਨਾ ਕਰੋ ਜੇ ਤੁਸੀਂ ਉੱਧਰ ਉੱਧਰ ਦੇਖਣ ਲੱਗ ਗਏ ਫਿਰ ਤੁਸੀਂ ਆਪਣੇ ਫੋਕਸ ਤੋਂ ਤੁਹਾਡਾ ਧਿਆਨ ਜਿਹੜਾ ਉਹ ਭਟਕ ਜਾਂਦਾ ਵੀ ਤੁਸੀਂ ਕਾਮਯਾਬੀ ਵੱਲ ਨੂੰ ਨਹੀਂ ਜਾਓਗੇ ਬਸ ਆਪਣੀ ਕਾਮਯਾਬੀ ਤੇ ਧਿਆਨ ਰੱਖੋ ਉਹੀ ਜਿੱਦਾਂ ਕਿਹਾ ਸੀ ਵੀ ਮੱਛੀ ਦੀ ਅੱਖ 'ਚ ਤੀਰ ਮਾਰਨਾ ਉੱਥੇ ਧਿਆਨ ਰੱਖੋ ਬਿਲਕੁਲ ਬਾਕੀ ਪਿੱਛੇ ਛੱਡੋ ਸਾਰਾ ਕੁਛ ਬਾਕੀ ਆਪਣੀ ਫੈਮਿਲੀ ਨੂੰ ਨਾਲ ਲੈ ਕੇ ਆਓ ਕਿਸੇ ਵੀ ਕੰਮ 'ਚ ਆਉਣਾ ਆਪਣੀ ਫੈਮਿਲੀ ਦੀ ਸਪੋਰਟ ਦੇ ਨਾਲ ਆਓ ਤੁਸੀਂ ਕਾਮਯਾਬ ਰਹੋਗੇ ਇਮਾਨਦਾਰੀ ਨਾਲ ਆਓ
ਬਿਲਕੁਲ ਸਹੀ ਗੱਲ ਆ, ਬਿਲਕੁਲ ਸਹੀ ਗੱਲ ਆ। ਪਰ ਮੈਂ ਨਾ ਕਦੇ ਕਦੇ ਜਿਹੜੀਆਂ ਉਦਾਹਰਨਾਂ ਇਹ ਲੰਮੇ ਸਮੇਂ ਤੋਂ ਚੱਲੀਆਂ ਆ ਰਹੀਆਂ ਵੀ ਆਪਾਂ ਮੱਛੀ ਕਾਹਤੋਂ ਮਾਰਦੇ, ਕਿਉਂਕਿ ਆਪਾਂ ਕੱਦੂ ਪੱਟਣਾ, ਆਪਾਂ ਬੋਗਲੂ ਪੱਟ ਕੇ ਲਿਆਉਣੇ ਆ, ਠੀਕ ਆ। ਹੁਣ ਜੇਕਰ ਬੰਦਾ ਕੋਈ ਨੋਨ ਵੈਜ ਹੋਵੇ ਹੀ ਨਾ, ਜੇਕਰ ਤੁਸੀਂ ਹੋ, ਇਹਨਾਂ ਨੂੰ ਕਹਿੰਦੇ ਨਾ ਮੱਛੀ, ਕਹਿਣਗੇ ਮੱਛੀ ਦੇ ਨਾਂ ਤੇ ਕਰੀ ਜਾਣਗੇ, ਕਹਿਣਗੇ ਵੀ ਕੁਕੜੀ ਤੋਂ ਇੰਨੀ ਨਫ਼ਰਤ ਕਰਦੇ ਆ। ਪਹਿਲਾ ਸਾਹਿਬ ਇਹ ਕਿਹਨੇ ਕਿਹਾ ਵੀ ਉਹ ਮੱਛੀ ਮਾਰ ਕੇ ਖਾਣੀ ਹੈ? ਜਦੋਂ ਮੱਛੀ ਟੰਗ ਦਿੱਤੀ ਆਪਾਂ ਪਾਣੀ ਚੋਂ ਨਿਕਲ ਗਏ ਤਾਂ ਵੈਸੇ ਹੀ ਮਰ ਜਾਂਦੀ ਹੈ, ਤੇ ਮਰੀ ਦੀ ਅੱਖ ਚ ਮਾਰਨ ਨਾਲ ਤਾਂ ਕੋਈ ਫਰਕ ਨੀ ਪੈਂਦਾ। ਇਹਨਾਂ ਨੇ ਲੱਗਦਾ ਉਹ ਸੁਣੀ ਨੀ ਨਾ ਕਵਿਤਾ, ਮੱਛਲੀ ਜਲ ਕੀ ਰਾਣੀ ਹੈ, ਜੀਵਨ ਉਸਕਾ ਪਾਣੀ ਹੈ, ਬਾਹਰ ਨਿਕਾਲੋ ਮਰ ਜਾਏਗੀ। ਅੱਗੇ ਚਲੋ ਆਪਣਾ ਆਖਰੀ ਸਵਾਲ, ਬਈ ਨਵਾਂ ਵਰਾ ਕਿਵੇਂ ਮਨਾਉਣ ਦੀ ਯੋਜਨਾ, ਵੀ ਭਾਈ ਆਉਂਦੇ ਜਿਹੜੇ 365 ਦਿਨ ਉਹਦੇ ਵਿੱਚ ਕੀ ਕੀ ਯੋਜਨਾ ਵਾ, ਕੀ ਕੀ ਭਵਿੱਖੀ ਯੋਜਨਾ ਵਾ, ਕੀ ਆ? ਮੈਨੂੰ ਇਹ ਲੱਗਦਾ ਜੀ ਕਿ ਜੋ ਵੀ ਤੁਹਾਡੇ ਪਲਾਨਸ ਹੁੰਦੇ ਫਿਊਚਰ ਪਲਾਨਸ, ਉਹ ਕਿਸੇ ਨਾਲ ਸ਼ੇਅਰ ਨਹੀਂ ਕਰਨੇ ਚਾਹੀਦੇ, ਬਸ ਟਾਈਮ ਆਉਣ ਤੇ ਪਟਾਕਾ ਪਾਉਣਾ ਚਾਹੀਦਾ। ਮੈਨੂੰ ਵੀ ਮੈਨੂੰ ਲੱਗਦਾ ਕਦੇ ਵੀ ਜਿਹੜਾ ਕੰਮ ਤੁਸੀਂ ਮਿੱਥਿਆ ਹੋਵੇ ਉਹਦਾ ਰੌਲਾ ਨਹੀਂ ਪਾਉਣਾ ਚਾਹੀਦਾ। ਸਹੀ ਗੱਲ ਆ, ਕਦੇ ਵੀ ਕਿਸੇ ਨੂੰ ਦੱਸਣਾ ਨਹੀਂ ਚਾਹੀਦਾ, ਕਿਉਂਕਿ ਮੇਰਾ ਇਹ ਸੁਝਾਅ ਹੈ, ਮੇਰਾ ਐਕਸਪੀਰੀਅੰਸ ਰਿਹਾ ਤਾਂ ਮੈਂ, ਜੇ ਤੁਸੀਂ ਦੱਸ ਦਿੰਦੇ ਹੋ ਤਾਂ ਹੁੰਦਾ ਨਹੀਂ, ਕਦੇ ਨਹੀਂ ਸਿਰੇ ਚੜਦਾ, ਇਸ ਲਈ ਕਰਕੇ ਦਿਖਾਓ। ਤੁਹਾਡਾ ਵੀ ਨਿਯਮ ਜੀ ਹੈ? ਬਿਲਕੁਲ ਚਿੱਟਾ ਕੁੱਕੜ ਬਨੇਰੇ ਤੇ, ਚਿੱਟਾ ਕੁੱਕੜ ਬਨੇਰੇ ਤੇ, ਕਾਸ਼ਮੀ ਦੁਪੱਟੇ ਵਾਲੀਏ ਮੁੰਡਾ ਆਸ਼ਿਕ ਤੇਰੇ ਤੇ, ਕਾਸ਼ਮੀ ਦੁਪੱਟੇ ਵਾਲੀਏ ਮੁੰਡਾ ਆਸ਼ਿਕ ਤੇਰੇ ਤੇ। ਬਹੁਤ ਬਹੁਤ ਅੱਗੇ, ਇੱਥੇ ਪਿਆਰ ਦੀ ਪੁੱਛ ਕੋਈ ਨਾ, ਇੱਥੇ ਪਿਆਰ ਦੀ ਪੁੱਛ ਕੋਈ ਨਾ, ਤੁਹਾਡੇ ਨਾਲ ਨਹੀਂ ਉਹ ਬੋਲਣਾ, ਤੁਹਾਡੇ ਮੂੰਹ ਤੇ ਮੁੱਛ ਕੋਈ ਨਾ, ਤੁਹਾਡੇ ਨਾਲ ਨਹੀਂ ਉਹ ਬੋਲਣਾ, ਤੁਹਾਡੇ ਮੂੰਹ ਤੇ ਮੁੱਛ ਕੋਈ ਨਾ। ਮੱਛੀ ਪੱਥਰ ਚੱਟ ਕੇ ਮੁੜਦੀ ਹੈ, ਬੰਦਾ ਹੁੰਦਾ ਪੱਥਰ ਤੇ ਲਿਟ ਕੇ ਮੁੜਦਾ। ਰੰਗ ਬਣਦਾ ਜਾਂਦੇ ਜਾਂਦੇ, ਤੁਸੀਂ ਇਹ ਗੱਲ ਦੁਬਾਰਾ ਬੋਲਤੀ ਆ, ਕਿਹੜੀ? ਰਫਤਾਰ ਦੇ ਨਾਲ ਭੱਜ ਰਿਹਾ ਤੇ ਆਪਾਂ ਨੂੰ ਹੁਣ ਇੱਥੋਂ ਇਜਾਜ਼ਤ ਲੈਣੀ ਪਏਗੀ, ਪਰ ਬਹੁਤ ਚੰਗਾ ਲੱਗਿਆ ਤੁਸੀਂ ਸਾਰੇ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਹੋ, ਆਪਣਾ ਸਮਾਂ ਤੁਸੀਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਦੁਬਾਰਾ ਜਦੋਂ ਮੌਕਾ ਮਿਲਿਆ ਆਪਾਂ ਫੇਰ ਇਸੇ ਤਰ੍ਹਾਂ ਇਕੱਠੇ ਸਾਰੀ ਟੀਮ ਦਾ ਕਿ ਸਾਨੂੰ ਸਾਰਿਆਂ ਨੂੰ ਇੱਥੇ ਮਿਲਾਇਆ ਤੇ ਗੱਲਾਂ ਕਰਨ ਦਾ ਸਾਨੂੰ ਮੌਕਾ ਦਿੱਤਾ, ਤੁਹਾਡੀ ਵੀ ਸਾਰੀ ਟੀਮ ਦਾ ਜੀ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ, ਹੈਪੀ ਨਿਊ ਈਅਰ ਟੂ ਆਲ ਆਫ ਯੂ ਗਾਇਜ਼, ਥੈਂਕ ਯੂ। ਫਿਲਹਾਲ ਇਸ ਪ੍ਰੋਗਰਾਮ ਲਈ ਇੱਥੇ ਸਮੇਟਦੇ ਹਾਂ ਜੀ, ਜਾਣਦਾ ਹੋ ਗਿਆ ਵੇਲਾ, ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੇ ਪਹੁੰਚਾਇਓ, ਸਾਨੂੰ ਸਾਰਿਆਂ ਨੂੰ ਇਜਾਜ਼ਤ, ਸਤਿ ਸ਼੍ਰੀ ਅਕਾਲ, ਤੁਸੀਂ ਵੇਖਦੇ ਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ ਹਾਜ਼ਰ ਹੈ ਜੱਜ ਦਾ ਵਿਚਾਰ।